बिल्स मेंटोर ई-लर्निंग प्लेटफॉर्म ਤੁਹਾਡਾ ਸਵਾਗਤ ਹੈ। ਅੱਜ ਦੀ ਇੱਕ ਨਵੀਂ ਨਿਊਜ਼ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਹੈ ਅਧੀਨ ਸੇਵਾਵਾਂ ਚੋਣ ਬੋਰਡ ਨੇ ਇੱਕ ਨਵਾਂ ਨੋਟਿਸ ਜਾਰੀ ਕਰਦੇ ਹੋਏ ਆ ਡੇਅਰੀ ਇਨਸਪੈਕਟਰ ਦੀ ਕੁਝ ਅਪਡੇਸ਼ਨ ਦਿੱਤੀ ਹੈ। ਗੱਲ ਕਰ ਲੈਂਦੇ ਆਪਾਂ ਡੇਅਰੀ ਇਨਸਪੈਕਟਰ ਦੇ ਬਾਰੇ ਮੇਂ ਕਿ ਜਿਸ ਦੀ ਜਿਹੜੀ 25 ਵੈਕੈਂਸੀਆਂ ਦੀ ਜਿਹੜੀ ਮੰਗ ਕੀਤੀ ਗਈ ਸੀ ਨੋਟਿਸ ਜਾਰੀ ਹੋਇਆ ਸੀ ਉਸ ਵਿੱਚ ਕੁਝ ਵਾਧਾ ਹੋਇਆ, ਯਾਨੀ ਕਿ ਵੈਕੈਂਸੀਜ਼ ਇਨਕਰੀਜ਼ ਹੋ ਚੁੱਕੀਆਂ। ਹੁਣ 25 ਨਾ ਹੋ ਕੇ 12 ਹੋਰ ਐਡ ਹੋਣ ਕਰਕੇ 37 ਵੈਕੈਂਸੀਜ਼ ਦੀ ਮੰਗ ਕੀਤੀ ਜਾਏਗੀ। ਟੈਲ ਇਹਨਾਂ ਡੇਅਰੀ ਇਨਸਪੈਕਟਰ ਦੇ ਵਿੱਚ ਹੁਣ 37 ਵੈਕੈਂਸੀਜ਼ ਸੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤਾਂ ਇਸ ਦੀ ਆਨਲਾਈਨ ਅਰਜ਼ੀ ਦੁਆਰ ਤੋਂ ਨਿਕਲ ਕੇ ਸਾਹਮਣੇ ਆਏਗੀ, ਤੁਸੀਂ ਦੀ ਮੰਗ ਦੁਆਰ ਤੋਂ ਹੋਏਗੀ, ਯਾਨੀ ਕਿ ਇਹਨਾਂ ਦੀ ਆਨਲਾਈਨ ਐਪਲੀਕੇਸ਼ਨ ਤੁਹਾਨੂੰ ਦੁਆਰ ਤੋਂ ਦੇਖਣ ਨੂੰ ਮਿਲ ਸਕਦੀ 37 ਵੈਕੈਂਸੀਜ਼ ਦੀ। ਸੋ ਇਸ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਨੀ ਸੀ। ਗਿਲਸ ਮੈਂਟੋਰ ਹਮੇਸ਼ਾ ਤੁਹਾਨੂੰ ਟਾਈਮਲੀ ਅਪਡੇਟ ਦਿੰਦਾ ਆਇਆ। ਸੋ ਜੇ ਤੁਹਾਨੂੰ ਸਾਡੇ ਐਫਰਟ ਅੱਛੇ ਲੱਗਦੇ ਨੇ ਵੀਡੀਓ ਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ।